ਤੇ ਇਸ ਮਹੀਨੇ ਦਾ ਸਦਕਾ ਇਹਨਾਂ ਦਾ ਸਦਕਾ ਅੱਗੇ ਪਿੱਛੇ ਅਸੀਂ ਰੋਜ਼ ਪੜ੍ਹਨੇ ਆ ਕਸੀਦਾ, ਲੇਕਿਨ ਹੁਣ ਪੜ੍ਹਨ ਦਾ ਮੌਕਾ ਹੈ ਹਰ ਮਹਿਫਲ। ਇਹ ਵੀ ਬੜਾ ਪੁਰਾਣਾ ਕਸੀਦਾ ਮੇਰਾ ਚੱਲ ਰਿਹਾ ਸੀ, ਹਰ ਜ਼ੁਬਾਨ ਦਾ ਵਿਰਤ ਵਜ਼ੀਫਾ ਹੈ, ਲੇਕਿਨ ਉਹ ਕਸੀਦਾ ਜਿਹੜਾ ਪੜ੍ਹਿਆ ਇਸ ਮਹੀਨੇ 'ਚ ਜਾਂਦਾ ਹੈ ਉਹ ਕਿਹੜੀ ਗੱਲ। ਬੁੱਤ ਹਰਮ ਕੇ ਯੂੰ ਗਿਰੇ ਮੁਸ਼ਕਿਲ ਕੁਸ਼ਾ ਕੇ ਸਾਹਮਣੇ, ਜੈਸੇ ਕੋਈ ਸਜਦਾ ਕਰੇ ਆਪਣੇ ਖੁਦਾ ਕੇ ਸਾਹਮਣੇ, ਜੈਸੇ ਕੋਈ ਸਜਦਾ ਕਰੇ ਆਪਣੇ ਖੁਦਾ ਕੇ ਸਾਹਮਣੇ। ਯਾ ਅਲੀ ਬਾਦਸ਼ਾਹ ਦੀ ਖਾਨੇਕਾ ਵਿੱਚ ਆਮਦ ਹੋਈ, ਤੇ ਇਧਰ ਮੇਰੇ ਆਕਾ ਨੇ ਇੱਕ ਫਰਮਾਨ ਜਾਰੀ ਕੀਤਾ, ਮੇਰੇ ਮੌਲਾ ਨੇ ਇੱਕ ਫਰਮਾਨ ਜਾਰੀ ਕੀਤਾ, ਅਹਿਮਦ ਮੁਸਤਫਾ ਮੁਹੰਮਦ ਮੁਸਤਫਾ ਆ ਫਰਮਾਨ ਲੱਗੇ, ਉਹ ਲੋਕੋ ਵੋ ਅਲੀ ਜੋ ਆਸਮਾਨ ਜ਼ੁਹਦ ਕਾ ਸ਼ਾਬਾਜ਼ ਹੈ, ਵੋ ਅਲੀ ਜਿਸ ਪਰ ਮੁਹੰਮਦ ਮੁਸਤਫਾ ਕੋ ਨਾਜ਼ ਹੈ, ਵੋ ਅਲੀ ਜੋ ਪਰਦਾ ਕੌਸੈਨ ਕਾ ਹਮਰਾਜ਼ ਹੈ, ਵੋ ਅਲੀ ਜੋ ਜ਼ਹਰਾ ਕੇ ਸਰ ਕਾ ਤਾਜ ਹੈ, ਵੋ ਅਲੀ ਜਿਸਨੇ ਮੁਕੰਮਲ ਤਾਮੀਰ ਈਮਾਨ ਕਰ ਦਿਆ, ਵੋ ਅਲੀ ਜਿਸਨੇ ਖੁਦਾ ਕਾ ਘਰ ਮੁਸਲਮਾਨ ਕਰ ਦਿਆ, ਵੋ ਅਲੀ ਜਿਸਨੇ ਖੁਦਾ ਕਾ ਘਰ ਮੁਸਲਮਾਨ ਕਰ ਦਿਆ। ਤੋ ਸਰਕਾਰ ਕਹਿਣੇ ਲੱਗੇ ਲੋਗੋ ਆਓ ਅੱਜ ਮੇਰੇ ਵੀਰ ਦੀ ਆਮਦ ਹੈ, ਤੇ ਅੱਜ ਦੇ ਦਿਨ ਹੋਇਆ ਕੀ, ਅੱਜ ਤੋਂ ਬਾਅਦ ਹੋਇਆ ਕੀ, ਸਰਕਾਰ ਫਰਮਾਉਂਦੇ ਨੇ ਕੱਲਾ ਕਾ ਭਾਈ ਕੱਲਾ ਕਾ ਭਾਈ ਕੱਲਾ ਕਾ ਭਾਈ ਨਹੀਂ ਦੁਨੀਆ ਤੇ ਕੱਲਾ ਕਾ ਭਾਈ ਨਹੀਂ ਦੁਨੀਆ ਤੇ ਕੱਲਾ ਕਾ ਭਾਈ ਨਹੀਂ ਦੁਨੀਆ ਤੇ ਕੱਠਾ ਉਜੜੇ ਵਸਾਏ
ਦਾ ਫਰਮਾਨ ਮੁਹੰਮਦ ਦਾ ਮੇਰੇ ਬਾਜ ਅਲੀ ਮੌਲਾ ਅਲੀ ਤੈਯਬ ਵੀ ਅਲੀ ਤਾਹਿਰ ਵੀ ਅਲੀ ਇਲਮ ਹੱਕ ਦਾ ਮਾਹਿਰ ਵੀ ਅਲੀ ਅੰਦਰ ਵੀ ਅਲੀ ਬਾਹਰ ਵੀ ਅਲੀ ਬਾਤਲ ਵੀ ਅਲੀ ਜ਼ਾਹਿਰ ਹਾਜ਼ਰ ਨਾਜ਼ਰ ਨਾਲ ਨਬੀ ਅਲੀ ਇਲਮ ਹੱਕ ਦਾ ਮਾਹਿਰ ਵੀ ਬੈਰੇ ਪਰਰਾਰ ਅਲੀ ਅਜ਼ਮਤ ਅਲੀ ਅੰਦਰ ਵੀ ਬਾਹਰ ਵੀ ਅਲੀ ਬਾਤਲ ਵੀ ਅਲੀ ਜ਼ਾਹਿਰ ਵੀ ਅਲੀ ਹਾਜ਼ਰ ਨਾਜ਼ਰ ਨਾਲ ਅਲੀ ਇਲਮ ਹੱਕ ਦਾ ਮਾਹਿਰ ਵੀ ਬੈਰੇ ਪਰਰਾਰ ਅਲੀ ਅਜ਼ਮਤ ਅੰਦਰ ਵੀ ਅਲੀ ਬਾਹਰ ਵੀ ਅਲੀ ਬਾਤਲ ਵੀ ਅਲੀ ਜ਼ਾਹਿਰ ਵੀ ਅਲੀ ਹਾਜ਼ਰ ਨਾਜ਼ਰ ਨਾਲ ਨਬੀ ਅਲੀ ਇਲਮ ਹੱਕ ਦਾ ਮਾਹਿਰ ਬੈਰੇ ਪਰਰਾਰ ਅਲੀ ਅਜ਼ਮਤ ਅਲੀ ਅੰਦਰ ਵੀ ਅਲੀ ਬਾਹਰ ਵੀ ਅਲੀ ਬਾਤਲ ਵੀ ਅਲੀ ਜ਼ਾਹਿਰ ਵੀ ਅਲੀ ਹਾਜ਼ਰ ਨਾਜ਼ਰ ਨਾਲ ਨਬੀ ਅਲੀ ਇਲਮ ਹੱਕ ਦਾ ਮਾਹਿਰ ਆਦਮ ਅਬੂ ਬਸ਼ਰ ਨੇ ਕਹਾ ਯਾ ਅਲੀ ਮਦਦ ਹਰ ਕਲਬ ਬਾਸ ਸਫਾਨ ਕਹਾ ਯਾ ਅਲੀ ਮਦਦ ਹਰ ਨਦਰੇ ਬਾਹਿਆ ਨੇ ਕਹਾ ਯਾ ਅਲੀ ਮਦਦ ਜੰਨਤ ਅੰਤਲੀ ਨੇ ਕਹਾ ਯਾ ਅਲੀ ਮਦਦ ਜੰਨਤ ਕੀ ਹਰ ਗਦੀ ਨੇ ਕਹਾ ਯਾ ਅਲੀ ਮਦਦ ਆਦਮ ਅਬੂ ਬਸ਼ਰ ਨੇ ਕਹਾ ਯਾ ਅਲੀ ਮਦਦ ਹਰ ਕਲਬ ਬਾਸ ਸਫਾਨ ਕਹਾ ਯਾ ਅਲੀ ਮਦਦ ਹਰ ਨਦਰੇ ਬਾਹਿਆ ਨੇ ਕਹਾ ਯਾ ਅਲੀ ਮਦਦ ਦਰਵਾਜ਼ਾ ਹਰਮ ਨੇ ਕਹਾ ਯਾ ਅਲੀ ਮਦਦ ਅੱਬਾਸ ਕੇ ਅਲਮ ਨੇ ਕਹਾ ਯਾ ਅਲੀ ਮਦਦ ਆਦਮ ਅਬੂ ਬਸ਼ਰ ਨੇ ਕਹਾ ਯਾ ਅਲੀ ਮਦਦ ਹਰ ਕਲਬ ਬਾਸ ਸਫਾਨ ਕਹਾ ਯਾ ਅਲੀ ਮਦਦ ਕੋਈ ਇਹੋ ਜਿਹਾ ਪੀਰ ਸਿਲੈਕਟ ਕਰੇ ਮੈਂ ਦੱਸਣਾ ਚਾਹਨਾ ਦੁਨੀਆ ਨੂੰ ਕੋਈ ਇਹੋ ਜਿਹਾ ਪੀਰ ਸਿਲੈਕਟ ਕਰੇ ਜਿਹੜਾ ਗੱਲਾਂ ਰਾਜ਼ੋ ਨਿਆਜ਼ ਦੀਆਂ ਖਾਲਿਕ ਦੇ ਨਾਲ ਡਾਇਰੈਕਟ ਕਰੇ ਇਹ ਕਹਿ ਦੇਵੇ ਉਹ ਛੋੜ ਦੇਵੇ ਇਹ ਕਹਿ ਦੇਵੇ ਉਹ ਛੋੜ ਦੇਵੇ ਜਿਹਦੀ ਖਾਲਿਕ ਵੀ ਨਾ ਰਿਜੈਕਟ ਕਰੇ ਜਿਹਦੀ ਖਾਲਿਕ ਵੀ ਨਾ ਰਿਜੈਕਟ ਕਰੇ ਜਿਸ ਜਿਸ ਵੀ ਜੰਨਤ ਜਾਣਾ ਏ ਜਿਸ ਜਿਸ ਵੀ ਜੰਨਤ ਜਾਣਾ ਏ ਆਹ
सरकार महराज से वापस आए यारा दोस्ता सुहावा ने अर्ज की थी सरकार महराज से कैसी जगह कैसी फिजा कैसी माहौल कैसा वो रस्ते कैसे वो मकान कैसे विच मकीन कैसे विच विच मकीन कैसे सरकार फरमांदे ने यकीन कर जाओगे सरकार तुहाडे यकीन नाल ते असां रब नूं मन लिया तेरी जुबां पे किए हमने इतबार आका तेरी जुबां पे किया हमने है इतबार आका वरना खुदा की कसम हमने खुदा नहीं देखा असां तेरा रब वेखे नहीं तुसां आखे है असां सजदा करना शुरू कर दिता ते हुण तुसीं दसो महराज ते वेख्या की जे ते सरकार फरमांदे ने ओ मैं दसां मैं महराज ते देखिया की फकर वास्ते बातें मैं पहुंच के अपने मकाम उते एक अजब हिजाब वेखे आई लुतफोस हिजाब ते अंदर मैं बेहिसाबा वेखे आई जिस नूर तो रब जहूर होया पंजां दे नूर तो जिस नूर तो रब जहूर होया ओ मैं बेनिकाबा वेखे आई ओ बेनिकाबा वेखे आई ए आजाद महराज दे पर्दे विच